ਲਾ ਦਈਏ ਚਲੋ ਜੀ। ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬਰਨਾਲਾ ਦੀ ਦਾਣਾ ਮੰਡੀ 'ਚ ਖੜੇ ਹਾਂ। ਕੱਲ੍ਹ ਨੂੰ 6 ਜਨਵਰੀ ਨੂੰ ਜਿਹੜੀ ਇੱਥੇ ਇੱਕ ਵੱਡੀ ਕਿਸਾਨ ਮਹਾਂਪੰਚਾਇਤ ਹੋਣ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਦੇ ਸਾਂਝੇ ਯਤਨਾਂ ਦੇ ਸਦਕਾ ਇਹ ਕਾਨਫਰੰਸ ਹੋ ਰਹੀ ਹੈ। ਇਸ ਕਾਨਫਰੰਸ ਦੀਆਂ ਜਿਹੜੀਆਂ ਤਿਆਰੀਆਂ ਨੇ, ਮੇਰਾ ਖਿਆਲ ਹੈ ਤੁਸੀਂ ਦੇਖ ਰਹੇ ਹੋ, ਮਗਰਲੇ ਪਾਸੇ ਸਟੇਜ ਬਣ ਚੁੱਕੀ ਹੈ, ਆ ਸਾਰੇ ਸਪੀਕਰ ਲੱਗ ਚੁੱਕੇ ਨੇ। ਕੋਸ਼ਿਸ਼ ਇਹ ਹੈ ਕਿ ਲਗਭਗ 75 ਕਰਮਾਂ ਚੌੜਾ ਅਤੇ 125 ਤੋਂ ਲੈ ਕੇ 150 ਕਰਮ ਲੰਬਾ ਪੰਡਾਲ ਬਣਨ ਦੀ ਤਿਆਰੀ ਕੀਤੀ ਜਾ ਰਹੀ ਹੈ। ਆਪ ਸਭ ਨੂੰ ਸਾਡੀ ਬੇਨਤੀ ਹੈ ਦੋਸਤੋ ਕਿ ਇਹ ਜਿਹੜੀ ਆਪਾਂ ਇੱਥੇ ਕਿਸਾਨ ਮਹਾਂਪੰਚਾਇਤ ਕਰਨ ਲੱਗੇ ਹਾਂ, ਇਹ ਕੋਈ ਸਾਡਾ ਸਰਕਾਰੀ ਮੋਟਿਵ ਨਹੀਂ ਹੈ। ਇਹ ਇੱਕੋ ਮੰਤਵ ਹੈ ਕਿ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਦੀ ਸਰਕਾਰ ਹਮਲਾਵਰ ਰੁੱਖ ਸਾਡੇ ਤੇ ਅਖਤਿਆਰ ਕਰ ਰਹੀ ਹੈ, ਕੇਂਦਰ ਸਰਕਾਰ ਤੱਕ ਅਤੇ ਪੰਜਾਬ ਗਵਰਨਮੈਂਟ ਤੱਕ ਇੱਕ ਮੈਸੇਜ ਦੇਣਾ ਕਿ ਲੋਕ ਤਿਆਰ ਨੇ, ਲੋਕ ਅੰਦੋਲਨ ਲਈ ਹਰ ਪਹਿਲੇ ਦਿੱਲੀ ਲਈ ਕੂਚ ਕਰਨਗੇ ਔਰ ਦਿੱਲੀ ਲਈ ਤਿਆਰ ਬੈਠੇ ਨੇ। ਇਹ ਆਪਾਂ ਵਿਖਾਉਣ ਵਾਸਤੇ ਪ੍ਰੋਗਰਾਮ ਆ। ਮੇਰੀ ਬੇਨਤੀ ਆ ਕਿ ਦੋਸਤੋ, ਆਪਾਂ ਇਹ ਕਿਹਾ ਮੋਦੀ ਜੀ ਨੂੰ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਕਿ ਅਸੀਂ 1 ਲੱਖ ਕਿਸਾਨ ਲੈ ਕੇ ਦਿੱਲੀ ਆਵਾਂਗੇ ਔਰ ਅੱਜ ਇੱਥੋਂ ਇਸ ਮੰਡੀ ਦੇ ਵਿੱਚੋਂ ਆਪਾਂ ਇੱਕ ਸੁਨੇਹਾ ਦੇਣਾ, ਇਸ ਅਨਾਜ ਮੰਡੀ ਦੇ ਵਿੱਚੋਂ ਇੱਕ ਮੈਸੇਜ ਦੇਣਾ ਕਿ ਆਹ 1 ਲੱਖ ਕਿਸਾਨ ਜੀ ਦੀ ਅਸੀਂ ਗੱਲ ਕੀਤੀ ਆ, ਮੋਦੀ ਜੀ ਆ ਬੈਠਾ ਔਰ ਤਿਆਰੀਆਂ ਕਰੀ ਬੈਠਾ। ਘਰਾਂ ਦੇ ਵਿੱਚ ਟਰੈਕਟਰ ਟਰਾਲੀਆਂ ਦੀ ਤਿਆਰੀਆਂ ਹੋ ਚੁੱਕੀਆਂ ਨੇ ਔਰ 13 ਫਰਵਰੀ ਜਿਹੜੀ ਡੇਟ ਫਿਕਸ ਹੋ ਚੁੱਕੀ ਆ, ਉਸ ਤਰੀਕ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਆਉਣਗੇ। ਮੇਰੀ ਆਮ ਕਿਸਾਨ ਵੀਰਾਂ ਨੂੰ ਬੇਨਤੀ ਹੈ, ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਮੇਰੇ ਵੀਰ ਅਤੇ ਭੈਣਾਂ ਸਾਰੇ ਹਰ ਇੱਕ ਘਰ ਦੇ ਵਿੱਚੋਂ ਇੱਕ ਭੈਣ ਅਤੇ ਇੱਕ ਵੀਰ ਜ਼ਰੂਰ ਇੱਥੇ ਆਵੇ ਤਾਂ ਕਿ ਇਹ ਜਿਹੜਾ ਆਪਣੀ ਤਿਆਰੀ ਹੈ ਸਮਝ ਸਕੇ। ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਕਿ ਮੰਗਾਂ ਕੀ ਨੇ, ਮਸਲਾ ਕੀ ਹੈ, ਕਦੋਂ ਜਾਇਆ ਜਾ ਰਿਹਾ। ਆਪਾਂ ਉਹ ਵੀ ਇੱਥੇ ਖੋਲ੍ਹ ਕੇ ਦੱਸਾਂਗੇ ਕਿ ਕੀ ਸਮੱਸਿਆਵਾਂ ਨੇ, ਕਿਉਂ ਹੁਣ ਦੁਬਾਰਾ ਦਿੱਲੀ ਜਾਣਾ ਪੈ ਰਿਹਾ, ਉਹ ਸਾਰੀ ਗੱਲਬਾਤ ਚਰਚਾ ਵੀ ਇੱਥੇ ਹੋਣੀ ਹੈ। ਸੋ ਨਾਲ ਦੀ ਨਾਲ ਮੈਂ ਇੱਕ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਕੱਲ੍ਹ ਨੂੰ ਆਪਣਾ ਜਿੰਨੀ ਵੀ ਸੰਗਤ ਨੇ ਆਉਣਾ, ਕਿਰਪਾ ਕਰਕੇ ਆਪਣੇ ਘਰੋਂ ਤੁਰਨ ਲੱਗਿਆਂ 2 ਪ੍ਰਸ਼ਾਦੇ 4 ਪ੍ਰਸ਼ਾਦੇ ਆਪਣੀ ਲੋੜ ਮੁਤਾਬਕ ਉਹ ਜ਼ਰੂਰ ਨਾਲ ਲੈ ਕੇ ਆਇਓ, ਕਿਉਂਕਿ ਇੱਥੇ ਲੰਗਰ ਦੀ ਵਿਵਸਥਾ ਨਹੀਂ ਕੀਤੀ ਗਈ। ਕੇਵਲ ਚਾਹ ਦਾ ਲੰਗਰ ਚੱਲੇਗਾ, ਪ੍ਰਸ਼ਾਦੇ ਦਾ ਲੰਗਰ ਨਹੀਂ ਚੱਲਣਾ। ਇਹ ਤੁਸੀਂ ਆਪਣੀ ਸਾਰਿਆਂ ਨੇ ਵਿਵਸਥਾ ਕਰਕੇ ਆਉਣੀ ਹੈ। ਵੱਡੀ ਪੱਧਰ ਦੇ ਉੱਤੇ ਹਰ ਘਰ ਦੇ ਵਿੱਚੋਂ ਇੱਕ ਭੈਣ ਇੱਕ ਵੀਰ ਇੱਥੇ ਆਉਣੇ ਚਾਹੀਦੇ ਨੇ ਔਰ ਉਹਨੂੰ ਅੱਗੇ ਜਿਹੜੇ ਸਾਡੀਆਂ ਬਲਾਕਾਂ ਦੀਆਂ ਟੀਮਾਂ ਨੇ, ਪਿੰਡਾਂ ਦੀਆਂ ਟੀਮਾਂ ਨੇ, ਉਹ ਮੈਨੇਜ ਕਰਨ ਦੀ ਕੋਸ਼ਿਸ਼ ਕਰਨ। ਜਿਹੜੇ ਪਿੰਡ 'ਚੋਂ 1 ਬੱਸ ਭਰਦੀ ਹੈ 1 ਭਰਨ, ਜਿਹੜੇ ਪਿੰਡ 'ਚੋਂ ਵੱਡੇ ਪਿੰਡ ਨੇ 2 ਭਰਦੀਆਂ ਨੇ, 3 ਭਰਦੀਆਂ ਨੇ, 4 ਭਰਦੀਆਂ ਨੇ ਜਾਂ 5 ਭਰਦੀਆਂ, ਜਿਵੇਂ ਅੱਜ ਕੁਛ ਪਿੰਡਾਂ 'ਚੋਂ ਸੁਨੇਹਾ ਮਿਲਿਆ ਕਿ 60-60 ਟਰੈਕਟਰ ਟਰਾਲੀਆਂ ਇੱਕ ਇੱਕ ਪਿੰਡ ਤਿਆਰ ਕਰ ਰਿਹਾ। ਤੋ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਤਿਆਰੀ ਦੇ ਨਾਲ ਇਸ ਪੰਚਾਇਤ ਦੇ ਵਿੱਚ ਹਾਜ਼ਰੀ ਭਰਨੀ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।